ਸਰਦਾਰ ਦਿਲਬਾਗ ਸਿੰਘ ਅਟਵਾਲ ਜੀ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਸਮਾਜ ਕਦੇ ਵੀ ਨਹੀਂ ਭੁੱਲ ਸਕਦਾ। ਆਪ ਜੀ ਬਹੁਤ ਹੀ ਸ਼ਾਂਤ ਅਤੇ ਮਿੱਠ ਬੋਲੇ ਸੁਭਾਅ ਦੇ ਮਾਲਕ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਇਨਸਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਏ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਸਨ ਅਤੇ ਆਪ ਜੀ ਦੇ ਚੰਗੇ ਸੰਸਕਾਰ ਅਸੀਂ ਆਪ ਜੀ ਦੇ ਬੱਚਿਆਂ ਵਿੱਚ ਵੀ ਵੇਖ ਸਕਦੇ ਹਾਂ। ਆਪ ਜੀ ਦਾ ਸਮੂਹ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਹੈ ਅਤੇ ਸਭਨਾਂ ਨਾਲ ਸੱਚੀ ਹਮਦਰਦੀ ਰੱਖਣ ਵਾਲਾ ਪਰਿਵਾਰ ਹੈ। ਸਰਦਾਰ ਦਿਲਬਾਗ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਗ੍ਰਹਿ ਪਿੰਡ ਚਿੱਟੀ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਉਸ ਸੱਚੇ ਪਿਤਾ ਪਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵੀ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਸਰਦਾਰ ਦਿਲਬਾਗ ਸਿੰਘ ਅਠਵਾਲ ਜੀ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੇਸ਼ ਹੈ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ। ਸਾਡੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਗੀ ਵਿੱਚ ਸਟੇਜ ਤੇ ਵਿਰਾਜਮਾਨ ਹਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ, ਜਿਹਨਾਂ ਦਾ ਕੀਰਤਨ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਮੇਂ ਸਮੇਂ ਸੁਣਦੇ ਹੀ ਰਹਿੰਦੇ ਹਾਂ। ਭਾਈ ਗੁਰਦੇਵ ਸਿੰਘ ਜੀ ਤੇ ਉਹਨਾਂ ਦਾ ਰਾਗੀ ਜਥਾ ਸਾਡੇ ਪਾਸ ਪਹੁੰਚ ਚੁੱਕਾ ਹੈ। ਜਿਸਕੇ ਦੀ ਪਾਰੰਗ Thank you.
ਪੱਕੀ ਸ਼ਖਸੀਅਤ ਦੇ ਮਾਲਕ ਸਨ। ਜਿੱਥੇ ਇੱਕ ਉੱਘੇ ਕਿਸਾਨ ਸੀਗੇ ਉੱਥੇ ਇੱਕ ਸਮਾਜਿਕ ਭਾਈਚਾਰੇ ਦੇ ਤਾਣੇ ਬਾਣੇ ਨੂੰ ਬੜੀ ਚੰਗੀ ਤਰ੍ਹਾਂ ਉਹ ਸਮਝਦੇ ਸੀਗੇ। ਮੇਰੇ ਨਾਨਾ ਜੀ ਬਹੁਤ ਹੀ ਚੰਗੇ ਸੀ ਅਤੇ ਸਾਡੇ ਨਾਲ ਬਹੁਤ ਹੀ ਪਿਆਰ ਕਰਦੇ ਸੀ ਤੇ ਸਾਨੂੰ ਉਹਨਾਂ ਦੇ ਵਿਛੋੜੇ ਦਾ ਬਹੁਤ ਹੀ ਦੁੱਖ ਹੈ। ਉਹ ਤਾਂ ਸਾਨੂੰ ਨਹੀਂ ਮਿਲਣ ਨੇ ਪਰ ਉਹਨਾਂ ਦਾ ਪਿਆਰ ਸਾਨੂੰ ਯਾਦ ਰਹੇਗਾ। ਹੁਣ ਅਸੀਂ ਪ੍ਰਾਰਥਨਾ ਕਰਾਂਗੇ ਕਿ ਮਹਾਰਾਜ ਉਹਨਾਂ ਦੀ ਰੂਹ ਨੂੰ ਆਪਣੇ ਪਾਸ ਰੱਖਣ ਔਰ ਇਹ ਨੇ ਸ਼ਬਦ ਕਹਿੰਦਾ ਹੋਇਆ ਕਿ ਮੈਂ ਹੁਣ ਇੱਕ ਦੋ ਲਫ਼ਜ਼ ਗੁਰਬਾਣੀ ਦੇ ਕੇ ਬੋਲਣਾ ਚਾਹੁੰਦਾ ਹਾਂ। ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਨ ਪੰਖ ਵਿਸ਼ੇ ਵਸੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧੀਆ ਇਨਸਾਨ ਅੱਜ ਪਿੰਡ ਚਿੱਟੀ ਵਾਸੀਆਂ ਨੇ ਇੱਕ ਵਧੀਆ ਇਨਸਾਨ ਹੱਥੋਂ ਖੋ ਲਿਆ। ਆਪਣੇ ਅੱਜ ਛੋਟੇ ਵੀਰ ਗੁਰਦੇਵ ਸਿੰਘ ਨੂੰ ਕਹੂੰਗਾ ਭਈ ਗੁਰਦੇਵ ਸਿੰਘ ਦਿਲਵਾਰ ਸਿੰਘ ਵਾਲੀ ਪਜਾਲੀ ਚਾਕੇ ਪਰਿਵਾਰ ਦੇ ਵਿੱਚ ਅੱਗੇ ਨੂੰ ਮੋਹਰੇ ਲੜਕੇ ਕਰੋ। ਸਾਰਾ ਪਿੰਡ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਆ। ਵੱਡੇ ਵੀਰ ਦਾ ਛਾਇਆ ਉੱਠ ਗਿਆ। ਉਸ ਤੋਂ ਬਾਅਦ ਤੁਸੀਂ ਇਸ ਪਰਿਵਾਰ ਨੂੰ ਅਗਵਾਈ ਦਿਓ। ਜਸਪਾਲ ਸਿੰਘ ਹੋਣੀ ਆਏ ਆ,
ਤਰਲੋਚਨ ਸਿੰਘ ਹੋਣੀ ਵੱਡੇ ਵਿੱਚ ਬੈਠੇ ਆ, ਇਹਨਾਂ ਸਾਰਿਆਂ ਦੀ ਪਰਿਵਾਰ ਨਾਲ ਬਹੁਤ ਹਮਦਰਦੀ ਆ। ਮੈਂ ਆਪ ਸਭ ਦਾ ਇੱਥੇ ਆਉਣ ਤੇ ਨਿੱਘੀ ਜਿਹਾ ਖੁਸ਼ਹਾਲੀ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।